ਹੋਰ ਜੀ ਸਤਿ ਸ਼੍ਰੀ ਅਕਾਲ ਜੀ ਅੱਜ ਦੇ ਬਲੌਗ ਦੇ ਵਿੱਚ ਆਪਾਂ ਤੁਹਾਨੂੰ ਦਿਖਾਵਾਂਗੇ ਫਗਵਾੜਾ ਅਤੇ ਹੁਣ ਅਸੀਂ ਚੱਲੇ ਹਾਂ ਫਗਵਾੜੇ ਨੂੰ ਅਤੇ ਆਓ ਗੁਰੂ ਰਵਿਦਾਸ ਕਾਲਜ ਹੈ ਜੀ ਆਰ ਡੀ ਬੜੇ ਇੱਥੇ ਕੋਰਸ ਹੁੰਦੇ ਆ ਬੀ ਏ ਬੀ ਕੌਮ ਬੀ ਬੀ ਏ ਬੀ ਸੀ ਏ ਬੀ ਐੱਸ ਸੀ ਐੱਮ ਐੱਸ ਸੀ ਐੱਮ ਏ ਡੀ ਸੀ ਏ ਸਾਰੇ ਕੋਰਸ ਜਾਣੇ ਕਿੱਥੇ ਹੁੰਦੇ ਆ ਕੰਪਿਊਟਰ ਦਾ ਸਬਜੈਕਟ ਸਾਰੇ ਆਹ ਕਾਲਜ ਆ ਕਾਲਜ ਹੀ ਆ ਸਾਰਾ ਸਾਰਾ ਕਾਲਜ ਹੀ ਆ ਜੀ ਆਰ ਡੀ ਕਾਲਜ ਗੁਰੂ ਰਵਿਦਾਸ ਆ ਰੋਡ ਚੱਲ ਜਾਂਦਾ ਜੀ ਇੱਧਰ ਨੂੰ ਜਲੰਧਰ ਵੱਲ ਨੂੰ ਅਤੇ ਆਹ ਸਾਹਮਣੇ ਹੈਗਾ ਆ ਜਿੱਥੇ ਬੈਲ ਤਾਰ ਦੇ ਬਿਜਲੀ ਘਰ ਆਹ ਵਾਲਾ ਦੇਖੋ ਤਾਰਾਂ ਪਈਆਂ ਅੱਜ ਤਾਂ ਟਰੱਕ ਗਿਆ ਆ ਇਹ ਫਗਵਾੜਿਆਂ ਨੂੰ ਚੱਲ ਜਾਂਦਾ ਸਾਰੇ ਇੱਧਰ ਆਹ ਕਾਲਜ ਆ ਲਓ ਜੀ ਆਹ ਫਗਵਾੜੇ ਦੀ ਮੰਡੀ ਆ ਸਾਰੀ ਕਣਕ ਆਪਣੇ ਆਈ ਜੂ ਆ ਆਹ ਦੇਖੋ ਮੰਡੀ ਕਿੱਡੀ ਵੱਡੀ ਆ ਦੇਖੋ ਇੱਧਰ ਪੱਖੇ ਲੱਗੇ ਹੋ ਸਾਰੇ ਹੀ ਆਹ ਦੇ ਆਹ ਸਾਰੇ ਆ ਪੱਖੇ ਮੰਡੀ ਆ ਸਾਰੀ ਬੋਰੀਆਂ ਪਈਆਂ ਆਹ ਪੰਜਾਬ ਸਰਕਾਰ ਦੀਆਂ ਬੋਰੀਆਂ ਇਹ ਇੱਧਰ ਸਾਰੇ ਆਪਣੇ ਦਫ਼ਤਰ ਆ ਉਹ ਖਾਲਸਾ ਖਾਦ ਚੱਕ ਵਾਲਿਆਂ ਦੇ ਦਫ਼ਤਰ ਆ ਉਹ ਕਾਫੀ ਵੱਡੀ ਮੰਡੀ ਆ ਸਾਰੇ ਫੜ ਆਹ ਆਪਣੇ ਉਹ ਦੇਖੋ ਆਹ ਮਤ ਲਾਈਟਾਂ ਵੀ ਜਾਗ ਪਈਆਂ ਮੰਡੀ ਲੰਘ ਗਏ ਅਸੀਂ ਹੁਣ ਅਸੀਂ ਚੱਲੇ ਹਾਂ ਫਗਵਾੜੇ ਆਹ ਨਿੰਮਾ ਵਾਲਾ ਚੌਂਕ ਆ ਜੀ ਇੱਥੇ ਦੁਕਾਨਾਂ ਰੇਹੜੀਆਂ ਰੂੜੀਆਂ ਇੱਥੇ ਬਹੁਤ ਖਾਣ ਪੀਣ ਦਾ ਸਮਾਨ ਮਿਲਦਾ ਉਹ ਚੌਂਕ ਆ ਗੁਰਦੁਆਰਾ ਸਾਰਾ ਆਹ ਸਤੀਸ਼ ਬੁੱਕ ਡੀਪੂ ਕੱਲ ਜੀ ਸਤੀਸ਼ ਬੁੱਕ ਡੀਪੂ ਇਹਨਾਂ ਦਾ ਆ ਇੱਥੇ ਸਾਰਾ ਸਮਾਨ ਮਿਲ ਜਾਂਦਾ ਦੇਖੋ ਆਹ ਦੇਖੋ ਆਹ ਪੈਨਸਲਾਂ ਕੀ ਆ ਗੁੱਡੇ ਜਿੰਨਾ ਵੀ ਗਿਫਟ ਦਾ ਸਮਾਨ ਸਾਰਾ ਮਿਲਦਾ ਆਹ ਕਿਤਾਬਾਂ ਜਿਹੜੀ ਮਰਜ਼ੀ ਕਿਤਾਬ ਬਹੁਤ ਵੱਡਾ ਇਹ ਰਾਤ ਨੂੰ ਅਸੀਂ ਇਸ ਕਰਕੇ ਆਏ ਸੀਗੇ ਵੀ ਲਾਈਟਾਂ ਲੂਟਾਂ ਐਨ ਜਗਦੀਆਂ ਰਹਿੰਦੀਆਂ ਆ ਫਗਵਾੜੇ ਵਿੱਚ ਵੀ ਸਾਰਾ ਆਹ ਦੇਖੋ ਆਹ ਗਿਫਟ ਪਏ ਆ ਸਾਰੇ ਆਹ ਮੁੰਡਾ ਹੈਪੀ ਆ ਉਹ ਦੇਖੋ ਆਹ ਸਾਰਾ ਇਹਨਾਂ ਦਾ ਸਟੋਰ ਆ ਦੇਖੋ ਪਿੱਛੇ ਤੱਕ ਕਿਤਾਬਾਂ ਦਾ ਸਾਰਾ ਹੀ ਆਹ ਸਾਰਾ ਹੀ ਬੜਾ ਬਹੁਤ ਵਧੀਆ ਇਹਨਾਂ ਦਾ ਦੁਕਾਨ ਆ ਆਹ ਚੌਂਕ ਆ ਸਾਰਾ ਆਹ ਆਪਣਾ ਲਾਡੀ ਬਰਗਰਾਂ ਵਾਲਾ ਸਾਰੇ ਬਰਗਰ ਬਣਦੇ ਬਰਗਰ ਬਹੁਤ ਸਵਾਦ ਹੁੰਦੇ ਇਹਨਾਂ ਦੇ ਫਗਵਾੜੇ ਦੇ ਵਿੱਚ ਬਹੁਤ ਮਸ਼ਹੂਰ ਆ ਇਹ ਬੱਸ ਅੱਡਾ ਫਗਵਾੜਾ ਜੀ ਆ ਬੱਸ ਅੱਡਾ ਫਗਵਾੜੇ ਦਾ ਹਨੇਰਾ ਹੋ ਗਿਆ ਸਾਨੂੰ ਤਾਂ ਫਿਰ ਬਲੌਕ ਦੇ ਵਿੱਚ ਬੱਸਾਂ ਘੱਟ ਆਉਣੀਆਂ ਇੱਥੋਂ ਹਰੇਕ ਬੱਸਾਂ ਮਿਲਦੀਆਂ ਜਿੱਥੇ ਨੂੰ ਮਰਜ਼ੀ ਚੱਲ ਜਾਓ ਆਹ ਕਾਲਕੀ ਘਰ ਖੜ੍ਹੀ ਆ ਆਹ ਇੱਥੇ ਹੈਗਾ ਆ ਸਟੈਂਡ ਆ ਮੋਟਰਸਾਈਕਲ ਸਕੂਟਰ ਇੱਥੇ ਲਾਉਂਦੇ ਆ ਪੈਸੇ ਲੈਂਦੇ ਆ 20 ਰੁਪਈਏ ਉਹ ਲਾਉਣ ਦੇ ਸਾਰਾ ਹੀ ਆ ਉਹ ਦੇਖੋ ਇੱਥੋਂ ਬੱਸ ਅੱਡੇ ਤੋਂ ਸ਼ਹਿਰ ਦਾ ਕਿੰਨਾ ਸੋਹਣਾ ਵਿਊ ਦੀਦਾ ਫਗਵਾੜੇ ਸ਼ਹਿਰ ਦਾ ਔਰ ਰੋਡ ਚੱਲਣ ਡਿਆ ਜੀ ਉੱਪਰ ਆਪਣੇ ਇਹ ਪਹਿਲਾਂ ਤਾਂ ਉਹ ਵਿਸ਼ਾਲ ਮੈਗਾ ਮਾਰਟ ਸਾਰਾ ਹੀ ਪਹਿਲਾਂ ਥੱਲੇ ਪੁਲ ਨਹੀਂ ਸੀ ਬਣਿਆ ਥੱਲੇ ਉਹਦੇ ਜਾਂਦੇ ਹੁੰਦੇ ਸੀ ਪਰ ਹੁਣ ਇਹਨਾਂ ਨੇ ਉੱਪਰ ਪੁਲ ਬਣਾ ਤਾ ਉਹ ਸਾਰਾ ਲੁਕ ਗਿਆ ਬਾਜ਼ਾਰ ਸਾਰਾ ਉੱਪਰ ਪੁਲ ਆ ਉਹ ਦੇਖੋ ਗੱਡੀਆਂ ਚੱਲਣ ਡਈਆਂ ਆ ਜਿੰਮ ਆ ਜੀ ਗੋਲਡ ਜਿੰਮ ਫਗਵਾੜਾ ਆ ਇਹ ਇੱਥੇ ਬੰਦੇ ਜਿੰਮ ਕਰਨ ਆਉਂਦੇ ਆ ਉਹ ਦੇਖੋ ਮੁੰਡਾ ਕਰਨ ਡਿਆ ਜਿੰਮ ਆਪਣੇ
बड़े इतने सारे गड्डिया जिम वाले दियां जीपा खड़िया गड्डिया खड़िया सारिया। आ जी मंदिर मेन मंदिर हनुमानगढ़ी, इतने दशहरा लगता तो रामलीला, रामलीला रात में लगती है, दशहरा तो दिन में ही लगता। इतने लगती रामलीला देखो सारा भरिया हों, सारे उपर आह स्टेज या पक्या स्टेजा बनिया आ, सारा फर्श भरिया हों, इतने कुर्सियां लगिया होंगे, इतने सिक्योरिटी वो लगी होंगी आ, हर दम इतने सिक्योरिटी रही है, लंगर भी चलता इतने दोपहर। ये मगले पासे महल दे महल दियाँ ट्रालियां जाने होनी उधर परले पासे महल है, बहुत सोहना रात को इस करके आए थे कि लाइटा लूटा जाग दया होंगे। अरदास वेलफेयर सोसाइटी फगवाड़ा वाले ने यह बनाया, पहला नहीं होंदा इत्थे, हुणे नवा बनाया, क्योंकि इत्थे ना साधु बाहर बैठे रहिंदे हुंदे सी जिहड़े गढ़ी वाले आ बाबे जिद्दां, देखो जिद्दां उह खड़े आ, उन्होंने फिर इन्हों बना के दिता ठंड ठुंड के गर्मियों के ना बहुत होंदा सीगा इन्हां दा, फिर वो अरदास वाले ने बना के दिता इन्हां नूं। आ जंड दा दरख्त आ जी, आह फगवाड़े में बहुत पुराना दरख्त है, और मंदिर मंदिर वाले ने इतने ना थोड़ा जहा कर लिया। आज जंट का दरख्त आह, हम अभी बाजार में चले हाँ, आप पौड़िया सारा उपर बन गया से, उधर ही घूम के आना पैदा ना, इस करके पहला सीधा आ जाते हम घूम के आना पैदा। आशू की हट्टी है जी, आह आशू की हट्टी, बड़िया सेलां लगदियां इत्थे आशू दे, दिवाली ते सब सेलां सूलां आशू की हट्टी बहुत मशहूर आ। आ लो जी साडा फगवाड़े आ गया बाजार, जुत्तियां दे सेलां, आ देखो जुत्तियां दियां सेलां लगियां इधर सारा आह एरिया, कपड़े जुत्तियां चप्पलां, आ मोबाइल वालियां दी आ गई शॉप, साडा फगवाड़े का बाजार आ, बहुत बड़ा बाजार आ। देखो कपड़े कपड़े हुए आह, इतने मशीन कपड़े उपड़े धोन वाली मैड दियाँ आ, हीरे की हट्टी, आ बाजार है जी फगवाड़े का, बड़े लोग खरीददारी करते हैं रात को, बहुत आते इतने लोग क्योंकि रात को ठंडा होता ना, ता करके फिर आते हैं, जिदा जन्माष्टमी हुई शिवरात्रि हुई उदों ये फिर दुकाना वाले लंगर बहुत लाते, इतने डीजे बहुत बजाते रात को, जन्माष्टमी तो ज़्यादा ही बजाते हैं, कुछ बाजार है सारा ही अपना फगवाड़े का। आ देखो पाखर सिंह बहुत मशहूर जलेबियाँ इन्हों दियाँ शॉप आ पाखर सिंह की, इधर सारा बंगा रोड वालू बाजार बहुत बड़ा आ फगवाड़ा, मैनू नहीं लगता कोई फगवाड़े का भाई स्टैंड चक ले यार मेरा भरा, कई बंदे ना इदा ही अणगहली बच्चे फिर दुर्घटना हो जाती है, स्टैंड ही चक ले। इधर मुड़ गया मोड़ लगा, आ मुड़ गया अभी एनू गऊशाला रोड वालू, आले दुआले नूं चारे पासे बाजार बहुत फैल रहा है, हले तो असं थोड़ा जहा दिखा लें ब्लॉक वे अपने इन्ना नहीं दिखा सकते, नहीं तो बहुत बड़ा बाजार है। देखो कि रात को आया गऊशाला बाजार, ये करके पे मंदिर आ गऊ कृष्ण जी का, गऊशाला ये पासे बैक साइड से बहुत गाइया गाइया रखिया आ। देखो घड़िया दुकाना सारिया घड़िया, जिदा मर्जी जिड़ी मर्जी घड़ी, जिड़ी मर्जी जुत्ती, जिड़ी मर्जी जिड़ा मर्जी सूट फगवाड़े चो मिल जाना। वो अगर हम तुम्हें पता ही है फगवाड़ा बेस्ट सिटी च आया, अवार्ड मिले इनू जितया। देखो फोटो फोटो देखो फोटो, यानी कोई इदा नहीं कोई चीज़ नहीं जी फगवाड़े चो नहीं मिलेगी, इतों सारा समान मिलता जी, अपने पोचे पूचे वगैरह हुए
ਸੈਕਲੀਆਂ ਦੇਖੋ ਖੜੀਆਂ ਸੈਕਲੀਆਂ ਸੈਕਲੀਆਂ ਹੋਈਆਂ ਇੱਧਰ ਆਪਣੇ ਆਹਾ ਪੱਖੇ ਵਗੈਰਾ ਹੋ ਗਏ ਪੱਖੇ ਪੱਖੇ ਹੋ ਗਏ ਸਾਰੇ ਇੱਧਰੋਂ ਮਿਲਦਾ ਸਾਈਕਲ ਹੋਏ ਇੱਧਰ ਨੂੰ ਰੋਡ ਜਾਂਦਾ ਇਹ ਬੰਗਾ ਰੋਡ ਆ ਗਈ ਜੀ ਮਾਰਕੀਟ ਸਬਜ਼ੀਆਂ ਦੀ ਮੰਡੀ ਆ ਗਈ ਸਬਜ਼ੀਆਂ ਦੀ ਮੈਨੂੰ ਨਹੀਂ ਲੱਗਦਾ ਵੀ ਇੱਥੋਂ ਕੋਈ ਵੀ ਸਬਜ਼ੀ ਨਾ ਮਿਲੇ ਹਰੇਕ ਕੋਈ ਸਬਜ਼ੀ ਮਿਲੂਗੀ ਬੜਾ ਰੱਛ ਪੈਂਦਾ ਰਾਤ ਨੂੰ ਇੱਥੇ ਆ ਦੇਖੋ ਹਦਵਾਣੇ ਪਏ ਆ ਅੰਗੂਰ ਪਏ ਆ ਫਲ ਫਰੂਟ ਆ ਪਾਲਕ ਸਾਗ ਤੱਕ ਵੀ ਇੱਥੇ ਮਿਲਦਾ ਬਹੁਤ ਆਹ ਇੱਥੇ ਰੱਛ ਪੈਂਦਾ ਰਾਤ ਦੁੱਧ ਪਨੀਰ ਬੜਾ ਕੁਛ ਇੱਥੋਂ ਹੋਰ ਵੀ ਬਹੁਤ ਕੁਛ ਮਿਲਦਾ ਡੈਰੀ ਆ ਭਲਵਾਨਾਂ ਦੀ ਫਗਵਾੜੇ ਵਿੱਚ ਜਿੱਥੇ ਸਬਜ਼ੀ ਮੰਡੀ ਆ ਉੱਥੇ ਆ ਡੈਰੀ ਇੱਧਰ ਆ ਗਈ ਆਪਣੇ ਸਟਾਰਚ ਮਿੱਲ ਆ ਸਟਾਰਚ ਮਿੱਲ ਆ ਸਾਰੀ ਆਹ ਤਿੰਨ ਮਿੱਲਾਂ ਫਗਵਾੜੇ ਵਿੱਚ ਇੱਕ ਸ਼ੂਗਰ ਮਿੱਲ ਇੱਕ ਸਟਾਰਚ ਮਿੱਲ ਅਤੇ ਇੱਕ ਹੈਗੀ ਕੱਪੜਾ ਮਿੱਲ ਇਹ ਹੈਗੀ ਸਟਾਰਚ ਮਿੱਲ ਆ ਗਿਆ ਜੀ ਆਪਣਾ ਪੰਪ ਹੁਣ ਅਸੀਂ ਪਵਾਵਾਂਗੇ ਇੱਥੋਂ ਤੇਲ ਦੇਖੋ ਪੰਪ ਆ ਸਾਰਾ ਇਹ ਨਵਾਂ ਬਣਿਆ ਆ ਦੇਖੋ ਲੋਕ ਤੇਲ ਪਾਉਣ ਆਏ ਉਹ 110 ਰੁਪਏ ਤੇਲ ਪਾਇਆ ਇੱਥੋਂ ਬੈਟਰੀਆਂ ਮਿਲਦੀਆਂ ਜੀ ਰੰਗ ਮਿਲਦਾ ਆਹ ਸਾਰਾ ਹੀ ਆਹ ਹੁਣ ਆਪਣੇ ਨਿੰਮਾ ਵਾਲਾ ਚੌਂਕ ਸ਼ੁਰੂ ਹੋਣ ਲੱਗਾ ਇੱਥੋਂ ਆਹ ਦੇਖੋ ਆਹ ਜਿੱਦਾਂ ਆਹ ਇੱਧਰ ਕਮਲਾ ਨਹਿਰੂ ਵੱਲ ਨੂੰ ਚਲੇ ਜਾਂਦੀ ਆ ਇੱਧਰ ਨੂੰ ਦਿਖਾ ਰਹੇ ਆ ਜੀ ਕਮਲਾ ਨਹਿਰੂ ਮੁੰਡੇ ਨੂੰ ਮਸੀਹ ਮਨਾਇਆ ਜੀ ਮੈਂ ਕਿਹਾ ਚਲੋ ਇਹ ਵੀ ਹੁਣ ਕਰੇ ਹੀ ਦਿੰਦੇ ਹਾਂ ਪਲਾਹੀ ਆ ਪਲਾਹੀ ਗੇਟ ਇਹ ਆਹ ਆਈਲੈਟ ਹੁੰਦੀ ਆ ਜੀ ਇੱਥੇ ਪੰਜਾਬ ਸਿੰਧ ਬੈਂਕ ਆ ਇਹ ਸਾਰੀ ਕਮਲਾ ਨਹਿਰੂ ਕਾਲਜ ਆਹ ਦੇਖੋ ਆਹ ਸਾਰਾ ਕਮਲਾ ਨਹਿਰੂ ਕਾਲਜ ਆ ਆਹ ਦੇਖੋ ਕਮਲਾ ਨਹਿਰੂ ਹੁਣ ਰਾਤ ਨੂੰ ਇਹ ਬੰਦ ਹੁੰਦਾ ਆ ਨਹੀਂ ਤਾਂ ਇੱਦਾਂ ਜੇ ਬਲੌਗ ਸ਼ੁਰੂ ਕਰਨੇ ਤਾਂ ਆਪਾਂ ਨੂੰ ਪਰਮਿਸ਼ਨ ਲੈਣੀ ਪੈਣੀ ਆ ਹੁਣ ਤੁਹਾਨੂੰ ਪਤਾ ਅਸੀਂ ਨਵੇਂ ਨਵੇਂ ਚੈਨਲ ਵਾਲੇ ਆ ਹਲੇ ਹੈਂ ਆਹ ਜਿੰਮ ਆ ਜੀ ਆਹ ਦੇਖੋ ਪਹਿਲਾਂ ਗੋਲਡ ਜਿੰਮ ਦਿਖਾ ਲਈ ਜੀ ਇਹ ਹੈਗੀ ਆ ਇਹ ਨਾਂ ਨਹੀਂ ਮੈਨੂੰ ਪਤਾ ਲੱਗਾ ਕਿਹੜਾ ਆ ਹਨੇਰਾ ਆ ਪੈਲਸ ਆ ਜੀ ਕਿਹੜਾ ਪੈਲਸ ਆ ਹੈ ਨਵਾਂ ਹੀ ਆਹੋ ਸਿਟੀ ਪੈਲਸ ਤਾਂ ਹੈ ਨਹੀਂ ਇਹ ਗੁਰੂ ਨਾਨਕ ਭਾਈ ਲਾਲੋ ਕਾਲਜ ਆ ਜੀ ਇਹ ਆਹ ਦੇਖੋ ਪਿੱਛੇ ਲੰਘ ਗਿਆ ਸਾਰਾ ਹੀ ਅਤੇ ਇੱਥੇ ਸਾਰਾ ਆਪਣਾ ਪਲਾਹੀ ਦਾ ਏਰੀਆ ਆ ਇਹ ਹਾਂ ਆ ਜੀ ਸਿਟੀ ਪੈਲਸ ਆਹ ਦੇਖੋ ਆਹ ਸਿਟੀ ਪੈਲਸ ਆ ਆਹ ਸੱਗੂ ਡੀਲਰ ਆ ਗਿਆ ਇੱਥੋਂ ਆਪਾਂ ਐਕਟਿਵਾ ਲਈ ਸੀਗੀ ਅੱਗੇ ਇਹਨਾਂ ਤੋਂ ਵਾਲਮੀਕਿ ਮਹੱਲਾ ਸ਼ੁਰੂ ਹੋ ਗਿਆ ਭਗਵਾਨ ਵਾਲਮੀਕਿ ਦਾ ਮੰਦਰ ਬਣਿਆ ਆ ਵਾਲਮੀਕਿ ਦਾ ਮੰਦਰ ਅਤੇ ਆਹ ਹਾਂ ਹਾਂ ਗੁਰੂ ਰਵਿਦਾਸ ਜੀ ਦਾ ਗੁਰਦੁਆਰਾ ਹੈ ਪਲਾਹੀ ਗੇਟ ਫਗਵਾੜਾ ਇੱਥੇ ਜ਼ਿਆਦਾਤਰ ਰਵਿਦਾਸ ਜੀ ਆ ਕੌਮ ਦੇ ਬੰਦੇ ਰਹਿੰਦੇ ਆ ਅਤੇ ਡਾਕਟਰ ਭੀਮ ਰਾਵ ਅੰਬੇਡਕਰ ਜੀ ਦਾ ਜਨਮ ਦਿਨ ਸੀਗਾ ਅਤੇ ਉਹਦੇ ਕਰਕੇ ਇਹ ਸਜਾਈ ਆ ਸਾਰੀ ਪਾਰਕ ਅਤੇ ਆ ਭੀਮ ਰਾਵ ਜੀ ਦਾ ਜਨਮ ਦਿਨ ਸੀਗਾ 14 ਅਪ੍ਰੈਲ ਨੂੰ ਉਹਦੇ ਕਰਕੇ ਆ ਦੇਖੋ ਬੁੱਤ ਬਣਿਆ ਹੈ ਪਾਰਕ ਦੇ ਵਿੱਚ ਥੱਲੇ ਨਾਂ ਲਿਖਿਆ ਆ ਵਿਸ਼ਵ ਰਤਨ ਬਾਬਾ ਸਾਹਿਬ ਡਾਕਟਰ ਭੀਮ ਰਾਵ ਅੰਬੇਡਕਰ ਲਓ ਜੀ ਆ ਗਿਆ ਪਿੰਡ ਆਪਣੇ ਆ ਬੈਂਕ ਆ ਪਿੰਡ ਦੀ ਆਹ ਗੁਰਦੁਆਰਾ ਸਾਹਿਬ ਆ ਮੋਬਾਈਲਾਂ ਲਗਾ ਰਿਹਾ ਆਹ ਕਹਾ ਪੀਰੀ ਸਾਹਿਬ ਗੁਰਦੁਆਰਾ ਪੀਰਾ ਹੋ ਗਿਆ ਸਾਨੂੰ ਬਹੁਤ ਚਲੋ ਠੀਕ ਹੈ ਜੀ ਲਾਈਕ ਅਤੇ ਸਬਸਕ੍ਰਾਈਬ ਕਰੋ ਮਿਲਦੇ ਆ ਫਿਰ ਇੱਕ ਨਵੇਂ ਬਲੌਗ ਦੇ ਵਿੱਚ ਦੁਬਾਰਾ